ਹਾਂਜੀ ਸਤਿ ਸ਼੍ਰੀ ਅਕਾਲ ਬਾਈ, ਸਵਾਗਤ ਆ ਤੁਹਾਡਾ ਆਪਣੇ ਪੇਜ 'ਤੇ ਰੈੱਡ ਹੌਰਸ ਵਾਲਿਆਂ ਦੇ 'ਤੇ। ਅਤੇ ਅੱਜ ਚੱਲੇ ਸੀ ਆਪਾਂ ਸਰਦੂਲਗੜ੍ਹ, ਸਰਦੂਲਗੜ੍ਹ ਚੱਲੇ ਹਾਂ ਬਾਈ, ਦੋ ਤਿੰਨ ਟਰੈਕਟਰ ਲੈ ਕੇ ਆਪਣੇ, ਅਤੇ ਇੱਕ ਮੈਸੀ ਇੱਕ ਮੁੰਡੇ ਸੱਦੀ ਜਾਂਦੇ ਆ, ਖੁਰਾਕ ਕੱਢਣੀ ਆ ਕਹਿੰਦੇ। ਇੱਕ ਆਹ ਟਰੈਕਟਰ ਆ ਬਾਈ, ਆਹ ਨਾਲ ਦੇ ਆਪਣੇ ਸਾਰੇ ਕਰ ਦਿਓ ਬਾਈ, ਹਾਏ ਮੜੇ ਆ। ਅਤੇ ਚਲੋ ਹੁਣ ਅਸੀਂ ਸਮਾਨ ਕੱਢ ਕੇ ਫਿਰ ਤੁਹਾਨੂੰ ਮਿਲਦੇ ਹਾਂ ਆਪਣੇ ਬੇਲੀ ਦਾ, ਮਿਲਦੇ ਹਾਂ ਬਾਈ ਫਿਰ ਤੁਹਾਨੂੰ ਵਧੀਆ ਬਾਬੇ ਦੀ ਕਿਰਪਾ ਨਾਲ ਪਹੁੰਚਾਂਗੇ। ਨਿਰਮਲ ਕੋ ਕਹਿਣਾ ਚਾਹੋਗੇ? ਵੱਧ ਤੋਂ ਵੱਧ ਸੰਗਤ ਪਹੁੰਚੇ ਵੀਰੇ, ਬਹੁਤ ਮਾੜਾ ਹਾਲ ਆ, ਪਾਣੀ ਬਹੁਤ ਜ਼ਿਆਦਾ ਆ ਵੀਰੇ, ਵੱਧ ਤੋਂ ਵੱਧ। ਆਹੀ ਟਾਈਮ ਆ ਬਾਈ, ਪੰਜਾਬ ਨਾਲ ਪੰਜਾਬ ਹੀ ਖੜਦਾ, ਸਾਰੇ ਬੇਜਵਾਨਾਂ ਦਾ ਵੀ ਧਿਆਨ ਰੱਖਣਾ, ਸਾਰਾ ਬੰਦਿਆਂ ਦਾ ਵੀ, ਜਿੰਨਾ ਹੋ ਸਕਦਾ ਵੱਧ ਤੋਂ ਵੱਧ ਪਹੁੰਚੋ ਤੁਸੀਂ ਵੀ, ਜਿੰਨੇ ਜੋਗੇ ਮਹਾਰਾਜ ਨੇ ਪਹੁੰਚ ਦਿੱਤੀ ਆ, ਜਿੰਨੀ ਕਿਉਂ ਵੀ ਜਿੰਨੇ ਜੋਗੇ ਹੈਗੇ ਸਾਰੇ ਕਰੋ ਫੀਡ ਫੂਡ ਆ ਹਨਾ, ਬਾਕੀ ਉਵੇਂ ਅਪ ਟੂ ਡੇਟ ਰਵਾਂਗੇ ਤੁਹਾਡੇ ਨਾਲ, ਕਰਾਂਗੇ ਅਪਡੇਟ ਤੁਹਾਡੇ ਨਾਲ। ਨਿੰਮੂ ਹੋਣੀ ਮੇਰੇ ਯਾਰ, ਬਾਈ ਹੋਣੀ, ਘੂਟੀ ਹੋਣੀ, ਗੇਮੀ ਸਾਬੋ ਬਸ ਪਹੁੰਚਣ ਵਾਲੇ ਹੀ ਹਾਂ ਆਪਾਂ, ਅਤੇ ਜਾ ਰਹੇ ਹਾਂ ਆਪਣੇ ਸਾਥੀ ਇੱਕ ਟਰੈਕਟਰ ਮੂਹਰੇ ਲੰਘ ਗਿਆ ਬਾਬੇ, ਉਹ ਅਸੀਂ ਮਾੜੀ ਤਰਪਾਲ ਸੈੱਟ ਕਰਨ ਲੱਗ ਗਏ ਸੀ, ਅਤੇ ਬਾਬੇ ਦੀ ਮਿਹਰ ਆ ਨਾਲ ਟੈਂਕ ਟਰਾਲੀਆਂ ਹੋਰ ਟੱਕਰ ਗਏ ਹੈ ਨਾ, ਅਤੇ ਉਹਨਾਂ ਜੇ ਪੱਠੇ ਆ, ਅਤੇ ਆਪਣੇ ਕੋਲ ਰਾਸ਼ਨ ਆ ਥੋੜ੍ਹਾ ਜਿਹਾ, ਉਹ ਕਹਿੰਦੇ ਸਾਡੀ ਵੀ ਕਿਸੇ ਨਾਲ ਗੱਲ ਨਹੀਂ ਹੋਈ, ਅਤੇ ਅਸੀਂ ਵੀ ਨਹੀਂ ਗੱਲ ਕਰਕੇ ਤੁਰੇ ਸੀ ਅੱਜ, ਅਰਦਾ ਵੀ ਚਲੋ ਜਿਹੜੇ ਕਈ ਮੂਹਰੇ ਹੁੰਦੇ ਆ ਚਲੋ ਫਿਰ ਉਹ ਆਪਦੇ ਬੰਦਿਆਂ ਨੂੰ ਮਿਲ ਦਿੰਦੇ ਆ, ਅਸੀਂ ਆਖਿਆ ਵੀ ਆਪਾਂ ਹੱਥੀ ਸੇਵਾ ਹੀ ਕਰਨੀ ਹੈ, ਜਿਹੜੀ ਕਰਨੀ ਆ ਜਿੰਨਾ ਸਮਾਨ ਹੋਇਆ ਆਪਾਂ ਆਪ ਹੀ ਵਰਤਾਉਣਾ, ਅਤੇ ਸੌਖਣਾ ਬਹੁਤ ਧੰਨਵਾਦ ਕਰਦੇ ਹਾਂ ਆਪਾਂ ਐਨਆਰਆਈ ਵੀਰਾਂ ਦਾ, ਅਤੇ ਪਿੰਡ ਦੇ ਨੌਜਵਾਨਾਂ ਦਾ, ਅਤੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਬਈ, ਬਹੁਤ ਬਹੁਤ ਧੰਨਵਾਦ ਤੁਹਾਡਾ, ਅਤੇ ਭਰਾਵਾਂ ਦੇ ਸਦਕੇ ਹੀ ਹੁੰਦਾ ਜੋ ਹੁੰਦਾ, ਅਤੇ ਬਾਕੀ ਗੱਲ ਅੱਜ ਪੰਜਾਬ ਨੂੰ ਬਹੁਤ ਜ਼ਿਆਦਾ ਲੋੜ ਸੀ ਬਈ, ਪੰਜਾਬ ਨਾਲ ਪੰਜਾਬ ਹੀ ਖੜਦਾ ਜਿਹੜੀ ਗੱਲ ਆ, ਅਤੇ ਚਲੋ ਵਾਹਿਗੁਰੂ ਸੁੱਖ ਰੱਖੇ ਛੇਤੀ ਆ, ਅਤੇ ਠੱਲ ਪਾਈ ਜਾਵੇ ਹੜ੍ਹਾਂ 'ਤੇ ਹੈ ਨਾ, ਵਿਚਾਰਿਆਂ ਦੇ ਘਰ ਰੁੜ ਗਏ ਆ, ਚਲੋ ਬਈ ਵਾਹਿਗੁਰੂ ਮਿਹਰ ਕਰੇ ਆਪਾਂ ਆਹੀ ਦੁਆ ਕਰਦੇ ਹਾਂ, ਤੁਸੀਂ ਵੀ ਅਰਦਾਸ ਕਰੋ ਅਤੇ ਵੱਧ ਤੋਂ ਵੱਧ ਸਾਥ ਦਿਉ, ਬਾਕੀ ਮਿਲਦੇ ਹਾਂ ਬਾਬਿਓ ਬੰਨ 'ਤੇ ਜਾ ਕੇ, ਕਹਿੰਦੇ ਹਾਂ ਕੀ ਰਿਪੋਰਟ ਆ ਉੱਥੇ ਆਪਣੀ। ਬਾਬਿਓ ਤਲਵੰਡੀ ਸਾਬੋ ਆ ਗਏ ਹਾਂ, ਅਤੇ ਇੱਥੋਂ 20 ਕਿਲੋਮੀਟਰ ਅੱਗੇ ਅਤੇ ਸਰਦੂਲਗੜ੍ਹ ਆ, ਅਤੇ ਜਾ ਕੇ ਤੁਹਾਨੂੰ ਦੱਸਦੇ ਹਾਂ ਕੀ ਰਿਪੋਰਟਾਂ, ਚੈੱਕ ਕਰੋ ਤੁਸੀਂ ਵੀ ਉੱਥੇ ਪਾਣੀ ਬਹੁਤ ਆ, ਬੰਨ ਟੁੱਟਿਆ ਹੋਇਆ, ਟਰਾਲੀਆਂ ਵੀ ਬਹੁਤ ਤੁਰੀਆਂ ਜਾਂਦੀਆਂ ਬਾਬਿਓ, ਰਾਹ 'ਚ ਵਿਖਾਈਆਂ ਨਹੀਂ ਕਿਉਂਕਿ ਅਸੀਂ ਉੱਤੇ ਪਏ ਸੀਗੇ ਟਰਾਲੀ 'ਚ, ਅਤੇ ਸਾਡਾ ਬੰਦਾ ਹਲਕੀ ਹਲਕੀ ਤੋੜਦਾ ਭਰਾ, ਸਾਰੇ ਮੂਹਰੇ ਲੰਘ ਗਏ, ਅਸੀਂ ਸਾਰਿਆਂ ਨੂੰ ਮਗਰ ਤੁਰੇ ਆਉਂਦੇ ਹਾਂ ਬਾਬਿਓ, ਟਰਾਲੀਆਂ ਸਾਰੀਆਂ ਸਾਡੀਆਂ ਮੂਹਰੇ ਉੜ ਗਏ। ਚਲੋ ਮਿਲਦੇ ਆ ਬਾਈ ਜੀ, ਮਿਲਦੇ ਆ ਤੁਹਾਨੂੰ ਬੰਨ 'ਤੇ ਜਾ ਕੇ, ਨਾਲੇ ਦੱਸਦੇ ਵੱਧ ਤੋਂ ਵੱਧ ਬਾਈ, ਜਿਹੜੇ ਜਿਹੜੇ ਵੀ ਬੰਦੇ ਵੀਡੀਓ ਵੇਖੀ ਜਾਂਦੇ ਆ, ਵੱਧ ਤੋਂ ਵੱਧ ਇੱਕ ਬਾਈ ਉਹ ਜਾਂਦੇ ਮੈਸੀ ਵਾਲੇ, ਉਹ ਵੀ ਚੱਲੇ ਆ, ਸੰਗਤ ਬਹੁਤ ਤੁਰੀ ਜਾਂਦੀ ਆ, ਨੌਜਵਾਨ ਬਾਈ ਰੋਟੀ ਪਾਣੀ ਛੱਕ ਕੇ ਅਤੇ ਚੱਲੇ ਆ, ਹੁਣ ਜਵਾਨਾਂ ਨੇ ਰੋਟੀ ਪਾਣੀ ਛੱਕ ਲਿਆ ਅਤੇ
ਆ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮੂਹਰੇ ਆ ਗਏ ਤੇ ਇੱਕ ਟਰੈਕਟਰ ਉਹ ਖੜਾ ਤੇ ਇੱਕ ਉਹ ਦੂਜੇ ਪਾਸੇ ਹੌਲੈਂਡ ਆ ਗਏ ਮੁੰਡੇ ਖੜੇ ਆ ਬਸ ਤੁਰਨ ਦੀ ਤਿਆਰੀ ਆ ਟੂਰਨਾ ਲੈ ਕੇ ਜਰੂਰ ਪਹੁੰਚੋ ਬੰਨ ਆਉਂਦਾ ਫੇਰ ਹੀ ਲੱਗਣਾ ਕੋਈ ਵੀ ਆਉਂਦਾ ਭਾਵੇਂ ਗੱਡੀ ਤੇ ਕੋਈ ਲੰਘਦਾ ਟਾਪਦਾ ਹੋਵੇ ਜਰੂਰ ਇਹ ਚੀਜ਼ 100 ਬੋਰੀ ਤਾਂ ਕੋਈ ਵੀ ਨੀ ਵੀਰੇ ਬਾਹਲੀ 50-100 ਜਿੰਨੀ ਹੋ ਸਕੇ ਜਰੂਰ ਪਹੁੰਚਾਓ ਕਿਉਂ ਬਈ ਨਾ ਕੋਈ ਖਰਚਾ ਆਉਂਦਾ ਜਬ ਜ਼ਿਆਦਾ ਵੀਰੇ ਤੇ ਮੇਰੇ ਭਰਾ ਜਰੂਰ ਖੜਿਆ ਕਰੋ ਯਾਰ ਸਾਥ ਦਿੱਤਾ ਜਿੰਨੇ ਜੋਗੇ ਹੈਗੇ ਹਨਾ ਕਰਿਆ ਕਰੋ ਭਰਾ ਪਹੁੰਚ ਗਏ ਆ ਬਸ ਪਿੰਡ ਦੇ ਵਿੱਚ ਵੜਨ ਲੱਗੇ ਇੰਟਰ ਉਹ ਸਾਹਮਣੇ ਬੰਨ ਆ ਸ਼ਹਿਰ ਚ ਵੜਨ ਲੱਗੇ ਤੇ ਸਾਹਮਣੇ ਬੰਨ ਆ ਗਾ ਇਧਰਲੇ ਪਾਸੇ ਪਾਣੀ ਆ ਬੰਦੇ ਡੋਬਦੇ ਆ ਉੱਥੇ ਤੇ ਆਪਾਂ ਇਧਰਲੇ ਪਾਸੇ ਜਾਣਾ ਆ ਵੇਰੋਂ ਸਾਈਡ ਆ ਵਰਤੋਣਾ ਆਪਾਂ ਇੱਥੇ ਬਾਬਿਆਂ ਨੂੰ ਖੋਜ ਜਾਣਾ ਹੋ ਸਕਦਾ ਕਿਸੇ ਦਿਨਾਂ 'ਚ ਵੀ ਜਾ ਕੇ ਜਿਹੜੇ ਪਾਸੇ ਦੇ ਆ ਲੋਕ ਉਹਨਾਂ ਕੋਲ ਜਾਣਾ ਕੋਸ਼ਿਸ਼ ਤਾਂ ਆਪਣੀ ਇਹੀ ਆ ਬਾਈ ਵੀ ਸਮਾਨ ਲੋੜਵੰਦਾਂ ਕੋਲੇ ਹੀ ਪਹੁੰਚਾਈਏ ਵੱਧ ਤੋਂ ਵੱਧ ਹੁਣ ਵਿੱਚ ਕਈ ਹੁੰਦੇ ਉਹ ਜੇ ਬੰਦੇ ਜਿਹਨਾਂ ਦਾ ਆਪਾਂ ਨੂੰ ਨਹੀਂ ਪਤਾ ਹਨਾ ਚਲੋ ਮਨ 'ਚ ਕੀ ਆ ਚਲੋ ਆਪਾਂ ਦਾ ਵਾਹਿਗੁਰੂ ਅੱਗੇ ਇਹੀ ਅਰਦਾਸ ਕਰ ਲਿਆ ਵੀ ਲੋੜਵੰਦਾਂ ਕੋਲੇ ਸਮਾਨ ਵੱਧ ਤੋਂ ਵੱਧ ਪਹੁੰਚੇ ਤੇ ਬਾਕੀ ਸ਼ਹਿਰ 'ਚ ਵੜ ਗਿਆ ਹੁਣ ਆਪਣੇ ਮੂਹਰੇ ਟੇਕਣੇ ਆਉਂਦੇ ਆਪਣੇ ਆਪਣਾ ਬਾਈ ਬਾਈ ਮਿੱਟੀ ਦੀ ਵੀ ਲੋਕੀ ਸੇਵਾ ਕਰੀ ਜਾਂਦੇ ਲੋਕੀ ਮਿੱਟੀ ਵੱਧ ਤੋਂ ਵੱਧ ਜਿੰਨੀ ਲੱਗ ਜੇ ਬੰਨਾਂ ਤੇ ਚੰਗੀ ਹੋਈ ਚੰਗੀ ਜੇ ਬਾਕੀ ਤੁਹਾਨੂੰ ਉੱਥੇ ਦਿਖਾਉਣੇ ਆ ਵੀ ਬੰਨ ਤੇ ਵਿਖਾਉਣੇ ਕਿੰਨਾ ਔਖਾ ਆ ਬਾਈ ਲੋਕਾਂ ਦੇ ਘਰ ਕਿਵੇਂ ਆ ਵਿਚਾਰਿਆਂ ਦੇ ਹਨਾ ਅਰਦਾਸ ਕਰਿਓ ਚਲੋ ਅਰਦਾਸ ਨਾਲ ਹੀ ਬਹੁਤ ਫਰਕ ਪੈਂਦਾ ਜਿਹੜੇ ਨਹੀਂ ਆ ਸਕਦੇ ਜੇ ਕੋਈ ਆਂਢ ਗੁਆਂਢ ਤੋਂ ਜਾਂਦਾ ਉਹਦੀ ਹੈਲਪ ਕਰ ਦਿਓ ਹਨਾ ਕੋਈ ਰਾਸ਼ਨ ਕੋਈ ਫਾਈਨੈਂਸ਼ੀਅਲ ਜਿਸ ਤਰ੍ਹਾਂ ਦੀ ਵੀ ਹੈਲਪ ਕਰ ਸਕਦੇ ਉਸ ਤਰ੍ਹਾਂ ਦੀ ਜ਼ਰੂਰ ਹੈਲਪ ਕਰਿਆ ਕਰੋ ਥੋੜ੍ਹੀ ਤੋਂ ਥੋੜ੍ਹੀ ਬਾਹਲੇ ਤੋਂ ਬਾਹਲੀ ਜਿੰਨੇ ਜੋ ਕਿ ਮਹਾਰਾਜ ਨੇ ਬਲ ਬਖਸ਼ਿਆ ਬਈ ਆ ਗਿਆ ਉਹ ਦਰਿਆ ਬਾਬੇ ਘੱਗਰ ਦਰਿਆ ਤੇ ਜਮਾਂ ਸਿਰੇ ਤੇ ਆ ਸਿਖਰਾਂ ਤੇ ਬਈ ਬਹੁਤ ਜ਼ਿਆਦਾ ਪਾਣੀ ਆ ਪਾਣੀ ਦੇਖੋ ਮਹਾਰਾਜ ਕਿਵੇਂ ਰੋਕਾਂ ਵੀ ਵੇਖੋ ਹਨਾ ਯਾਰ ਵੇਖੋ ਜਮਾਂ ਖੋਲਦਾ ਬਈ ਯਾਰ ਉਹ ਵੇਖੋ ਬਾਬੇ ਬੰਨੇ ਪਾਏ ਬੰਨ ਬਾਬੇ ਉਹ ਵੇਖੋ ਜਮਾਂ ਪਿੰਡ ਚ ਉਧਰ ਵੀ ਪਾਣੀ ਪਿੰਡ ਡੁੱਬੇ ਪਏ ਆ ਬਈ ਇੱਧਰ ਵੀ ਟੁੱਟਾ ਪਿਆ ਆ ਵੇਖੋ ਬਈ ਉਹ ਬੰਨ ਸ਼ਹਿਰ ਚ ਵਖਾ ਦੇ ਪਾਣੀ ਆ ਆ ਬਈ ਬੰਨ ਲਾਇਆ ਸ਼ਹਿਰ ਚ ਪਾਣੀ ਵੇਖੋ ਤੇ ਦਾ ਹੋ ਜੂ ਆ ਵੇਖੋ ਬਈ ਜਮਾਂ ਪੁਲ ਦੇ ਨਾਲ ਟੱਚ ਕਰੀ ਜਾਂਦਾ ਪਾਣੀ ਬਹੁਤ ਜ਼ਿਆਦਾ ਯਾਰ ਖੋਲ ਆ ਰਿਹਾ ਸੁੱਖ ਮੰਗੋ ਮੇਰੇ ਵੀਰ ਸਾਰੇ ਮਹਾਰਾਜ ਤੋਂ ਸੁੱਖ ਮੰਗੋ ਲੋਕਾਂ ਦੀ ਹਨਾ ਵੀਰੇ ਤੇ ਵਾਰ ਵਾਰ ਆਪਣੀ ਤਾਂ ਇਹੀ ਬੇਨਤੀ ਯਾਰ ਬਹੁਤ ਔਖਾ ਲੋਕਾਂ ਨੇ ਹਨਾ ਏਡੇ ਏਡੇ ਘਰ ਪਾਏ ਆ ਜਿਨ੍ਹਾਂ ਨੇ ਵਿਚਾਰਿਆਂ ਨੇ ਬਾਕੀ ਤੁਹਾਨੂੰ ਬਾਈ ਬਾਕੀ ਯਾਰ ਕਿਸਾਨ ਤਾਂ ਉਹੀ ਨਹੀਂ ਉੱਠ ਸਕਦਾ ਵੇਖ ਲਓ ਬਾਕੀ ਮਾਰੀ ਬਾਈ ਬਹੁਤ ਨੋਰਮਲ ਬੰਦਾ ਵੀ ਨਹੀਂ ਉੱਠ ਸਕਦਾ ਇਹੋ ਜਿਹੀ ਮਹਿੰਗਾਈ 'ਚ ਬਹੁਤ ਜ਼ਿਆਦਾ ਔਖਾ ਵੀਰੇ ਅਨਲੋਡ ਕਰੀ ਜਾਂਦੇ ਹਾਂ ਬਾਈ ਕਿੱਟਾਂ ਬਣਾ ਕੇ ਲੈ ਕੇ ਜਾਣਗੀਆਂ ਬੰਨ ਦੇ ਇੱਥੋਂ ਉਹ ਬਈ ਕੱਟਾਂ ਬਣਾਈ ਜਾਂਦੇ ਬੰਦੇ ਟੇਡਾ ਕਰ ਲਾ ਸਟਾਰਟ ਨਹੀਂ ਮੇਰਾ ਵੀ ਨਹੀਂ ਜਿੰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਸਰਦੂਲਗੜ੍ਹ ਅੱਜ ਪਾਣੀ ਦੇ ਹੜ੍ਹਾਂ ਦੇ ਵਿੱਚ ਬਹੁਤ ਹੀ ਬੁਰੀ ਤਰ੍ਹਾਂ ਫਸ ਚੁੱਕਿਆ ਹੈ ਇਸ ਨਾਲ ਸਾਰੇ ਹੀ ਆਪਣੇ ਨੇੜੇ ਤੇੜੇ ਦੇ ਪੰਜਾਬ ਦੇ ਵਿੱਚ ਹੋਰ ਜ਼ਿਲ੍ਹਿਆਂ ਦੇ ਜੋ ਵੀ ਆਪਣੇ ਵੀਰ ਸੱਜਣ ਨੇ ਸਾਰੇ ਰਲ ਮਿਲ ਕੇ ਆਪਣਾ ਸੰਯੋਗ ਜਿੰਨਾ ਕੁ ਵੀ ਉਹ ਕਰ ਸਕਦੇ ਨੇ ਆਪਣੇ ਤੱਕ ਪਹੁੰਚਾ ਰਹੇ ਨੇ ਆਪਾਂ ਅੱਜ ਇਹ ਸਭ
ਵੀਰ ਹੁਣ ਇਹ ਵੀਰ ਹੋਣੀ ਹੁਣ ਸ੍ਰੀ ਮੁਕਤਸਰ ਸਾਹਿਬ ਤੋਂ ਪਿੰਡ ਰਾਜਿਆਣਾ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਇਹ ਵੀਰ ਹੋਣੀ ਮੱਛਰਦਾਨੀ ਕਿਆ ਹੀ ਸੱਚ ਇਧਰੋਂ ਆਉਂਦੇ ਹੋਏ ਹਨਾ ਇਸ ਪਾਸੇ ਰਹਿੰਦੇ ਵੇਖ ਲਈ ਪੁੱਛ ਲਈ ਬਾਕੀ ਹਨਾ ਬਾਕੀ ਸੀ ਕਰੋ ਮੁੜ ਕੇ ਆ ਕੇ ਚੈੱਕ ਕਰੋ।